जी हमारी मंदी लहम आ चुकी है इस वक्त और अब इसको देखते हैं कि माशाल्लाह जो हमने नुस्ख खरूफ मंगवाया है क्या निकला इंशाल्लाह अच्छे करने लगे। हाँ जी जी इसको इफ्तिताह करें जी बकरे का माशाल्लाह शर्म नहीं खानी जो मर्जी खाए और अभी तो ये फुल थाल है ना इंशाल्लाह एक हम शॉट लेंगे खाने के बाद किसका हमने क्या हाल किया राज साहब ये इस तरह तोड़ के खानी है जी ये इस तरह एक मिनट यार वायरा ना शुरू ना हो ये अरबी स्टाइल का तोड़ के पता ये लबन आके करें जी पास होंगे मेरी गड्डी नूं घेरिया है तैयार हो गया बैठा खामोशी रब के कपड़े कट के माहौल कर रहा बट फिर बट साहब यार मंदी सीधे दे आओ यार ओथे करो जिसे दो दिन वैरायटीयां होन इतना ओथे सर यार गल तो की है सर जी बड़ी वैरायटी होएगी ओथे सर जी देखो अगर ते जांदे हो ना मामनूरा वो सानू कॉस्ट करेगा तू दस देना वा कोई 600 दे देना देखो जी तानो डिशा से तीन ही मिलनी है ने चिकन दी पावे तुसी 600 कर करो पावे तुसी 300 कर ठीक है की कहंदे हो अपना शोरमा शीश टाऊ ते चिकन कबाब मैं 6 बार इन क्या ए बिहाइंड ए बिहाइंड ਆਂਦੇ ਨਹੀਂ ਇਹ ਨਹੀਂ ਬਾਹਰ ਪਰ ਕਾਰਡ ਹੁੰਦੇ ਆ ਚਲੋ ਵੀ ਚਲੋ 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 ਮੁੱਕ ਜਾਏ ਇਸ ਤੋਂ ਪਹਿਲੇ ਉਹਨਾਂ ਨੂੰ ਸਾਰੇ ਦੀ ਗੱਲ ਵੀ ਅੱਜ ਮੈਨੂੰ ਨਹੀਂ ਲੱਗੀ ਪਹਿਲਾਂ ਪੁੱਛ ਲਓ ਪਰ ਫਿਰ ਚਲੋ 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 ਚ
दावत के लिए और इंशाल्लाह देखते हैं हसन साहब कहाँ पे काबू आते हैं। सर तुसी इतना दूर ना बैठो, तुसी इस पासे आ जाओ। जी हमारी मंदी लहम आ चुकी है इस वक्त और अब इसको देखते हैं कि माशाल्लाह जो हमने नुस्ख खरूफ मंगवाया है क्या निकला। जी उठा लो बस, बहुत एक और दे दो यार, इधर भी दिखा चावल टेबल पे जितना गिरे हुए सेफ्टी है एक जाकर नजर उठा लेने ले लो दो लो चावल बस ग्रुप जी शायद सब सही है, जबरदस्त क्या बात है। अब शर्म नहीं खानी, जो मर्जी खाएं। और अभी तो ये फुल थाल है ना, इंशाल्लाह एक हम शॉट लेंगे खाने के बाद किसका हमने क्या हाल किया। साहब ये इस तरह तोड़ के खानी है जी, ये इस तरह ये लबन आके करें जी पास होंगे।
ਮੈਂ ਆਪਣਾ ਆ ਚਰਬੀ ਦਾ ਵੀ ਆਪਣਾ ਮੇਰੀ ਬੇਸਤੀ ਵੀ ਚਰਬੀ ਨਹੀਂ ਹੈਗੀ ਆ ਤੇ ਖਾਣ ਵਾਲੀ ਅਗਰ ਲਾਣੀ ਹੈ ਨਾ ਐਡਿਟ ਕਰਕੇ ਲਾਣਾ ਇਸ ਤੇ ਜਿਹੜੀ ਹੁੰਦੀ ਹੈ ਉਹ ਥੋੜੀ ਮਜ਼ਾਇਆ ਵੀ ਹੋ ਜਾਏਗੀ ਸਾਰੇ ਲਬਨ ਆ ਰਹੇ ਵਿੱਚ ਬੰਦ ਹੋਣ ਵੀ ਨੀ ਕਰਕੇ ਗਏ ਕਰੋ ਡਿਲੀਟ ਖਾਂਦਿਆਂ ਨੂੰ ਤਾਂ ਨਹੀਂ ਬਣਾਉਣੀ
ਮੈਂ ਤੋਂ ਕਹਿੰਦਾ ਤੂੰ ਪੀ ਲੈ ਕਹਿੰਦੇ ਘਰ ਜਾ ਕੇ ਮੈਂ ਤਸੱਲੀ ਨਾਲ ਇਹੀ ਕੰਮ ਕਰਨਾ ਹੈ ਮੇਰੇ ਸਵੇਰੇ ਕੰਮ ਤੇ ਵੀ ਜਾਣਾ ਹੈ ਕਿਉਂ ਜੀ ਨਹੀਂ ਸਰ ਜਾਓ ਅੱਲਾ ਅੱਲਾ ਦੇ ਨਾਲ ਲੈ ਕੇ ਤੁਹਾਨੂੰ ਜਾਣਾ ਬੜੀ ਅੱਛੀ ਨੀਂਦ ਆਏਗੀ ਰਾਤ ਨੂੰ ਸਮੂਥ ਤੁਹਾਨੂੰ ਡੀਪ ਸਲੀਪ ਹੋਊਗਾ ਨਹੀਂ ਜਜ਼ਾਕ ਅੱਲਾ ਖੈਰ ਜੀ ਬੜਾ ਮਜ਼ਾ ਆ ਗਿਆ ਜਜ਼ਾਕ ਅੱਲਾ ਖੈਰ ਜਜ਼ਾਕ ਅੱਲਾ ਖੈਰ ਬਹੁਤ ਹੀ ਕਾਰਾਮਦ ਰੱਖੇ ਔਰ ਨਜ਼ਰੇ ਬੰਦ ਤੋਂ ਬਚਾ ਕੇ ਰੱਖੇ ਕਿਲੋਮੀਟਰ ਵਧਾਵੇ ਔਰ ਲੀਟਰ ਚ ਕੋਈ 20 ਕਿਲੋਮੀਟਰ ਖੰਬੇ ਖੁੰਬਿਆਂ ਤੋਂ ਬਚਦੀ ਰਹੇ ਬਰਕਤ ਫਰਮਾਏ ਤੁਹਾਡੇ ਅਸਬਾਬ ਜਿਹੜਾ ਸਭ ਤੋਂ ਵਧੀਆ ਹੱਸ ਰਿਹਾ ਇਸ ਵੇਲੇ ਅੱਲਾਹ ਤਾਲਾ ਬਰਕਤ ਪਾਇਆ ਜੀ ਹਰ ਚੀਜ਼ ਚ ਨਹੀਂ ਸ਼ਰਾ ਤਰੱਕੀ ਹੋ ਰਹੀ ਸਰ ਮਜ਼ੀਦ ਇਹਨੂੰ ਇੰਪਰੂਵ ਕਰਾਂਗੇ ਇਨਸ਼ਾਅੱਲਾ ਇਹਨੂੰ ਥੋੜਾ ਐਕਸਪੈਂਸਿਵ ਕਰਾਂਗੇ ਅੱਜ ਤੋਂ ਬਾਅਦ ਨਾ ਇਹ ਪਾਰਟੀ ਸ਼ਾਟੀ ਵਾਲੇ ਛੋਟੇ ਛੋਟੇ ਜਿਹੇ ਨਾ ਇਹ ਕੱਪ ਚੜ੍ਹ ਗਏ ਨਹੀਂ ਨਹੀਂ ਗਵਾ ਪੀਓ ਕਿ ਸਰ ਉੱਥੇ ਦਾ ਰਾਤ ਨੂੰ ਨਿੰਦਰ ਆਣੀ ਜਿਹੜੇ ਬੱਕਰੇ ਖਿੱਚੇ ਨੇ ਨਾ ਉਹਨਾਂ ਦੀਆਂ ਖਾਂਸੀਆਂ ਸ਼ੁਰੂ ਹੋ ਗਈਆਂ ਸਰ ਲਈਆ ਦੇ ਉੱਤੇ ਨਾ ਗਾਹਵਾ ਹੈਗਾ ਜਿੱਥੇ ਮਾਵਾਂ ਨੂੰ ਰਹੇਗਾ ਨਾ ਜੀ ਸਰ ਹੁਣ ਦੱਸੋ ਸ਼ਾਹਿਦ ਸਾਹਿਬ ਹੁਣ ਦੱਸੋ ਅਰੇਬੀਅਨ ਗਾਵਾ ਇਸਕੋ ਆਪ ਉਰਦੂ ਮੇਂ ਕਿਆ ਬੋਲਤੇ ਹੈ ਯੇ ਬਤਾਇਆ ਨਹੀਂ ਪੰਜਾਬੀ ਮੇਂ ਪੰਜਾਬੀ ਮੇਂ ਕਿਆ ਬੋਲਤੇ ਹੈ ਯਾਰ ਇਹ ਦੱਲੇ ਦਾ ਵੀ ਬਣਾ ਜ਼ਰਾ ਇਸ ਦੱਲੇ ਦਾ ਵੀ ਨੀਲਾ ਹੋਣਾ ਚਾਹੀਦਾ ਇਸਕੋ ਪੰਜਾਬੀ ਮੇਂ ਦੱਲਾ ਕਹਿੰਦੇ ਹੈ ਔਰ ਅਰੇਬੀ ਮੇਂ ਇਸਕੋ ਅਰੇਬੀਅਨ ਗਾਵਾ ਕਹਿੰਦੇ ਹੈ ਅਰੇਬੀਅਨ ਗਾਵਾ ਬੋਲਤੇ ਜੀ ਤਾਂਕਿ ਕਨਫਿਊਜ਼ਨ ਨਾ ਰਹੇ ਕਿ ਹਮ ਕੋਈ ਨਾ ਰਹੇ ਕਿ ਯਾਰ ਇਹ ਬੰਦਾ ਕੋਈ ਕਿਆ ਲੂਸ ਟਾਕ ਯੂਜ਼ ਕਰ ਰਹਾ ਹੈ ਲੂਸਾ ਕਰ ਰਿਹਾ ਗਾਲੀ ਦੇ ਰਹੇ ਇਤਨੇ بڑے بڑے ਬਜ਼ੁਰਗੋਂ ਮੇਂ ਬੈਠ ਕੇ ਸਹੀ ਬਾਤ ਇਸਕੋ ਦੱਲਾ ਬੋਲਤੇ ਜੀ ਅਰੇਬਿਕ ਜ਼ਬਾਨ ਮੇਂ ਆਵੇ ਪੀਣਾ ਨਹੀਂ ਆ ਪਾ ਕੇ ਤੁਸੀਂ ਪਾ ਕੇ ਦਿਓ ਤੁਸੀਂ ਨਹੀਂ ਪੀਣਾ ਜੀ ਵਟਸਐਪ ਉਹ ਵਟਸਐਪ ਕੀ ਕਰਦਾ ਵਟਸਐਪ ਤੇਰਾ ਭਲਾ ਇਹ ਤੇਰਾ ਬੰਦਾ ਉਹ ਬੰਦਾ ਸਾੜਦਾ ਇਹ ਬਹਿਨੇ ਲੀਕ ਕਰਦੀ ਜੇ ਆਰਾਮ ਪਾਵਰ ਬੁੱਕ ਕਰਾ ਠੀਕ ਨਹੀਂ ਕਰ ਰਿਹਾ ਬਟ ਬੜੇ ਪਿਆਰ ਨਾਲ ਪਾਈ ਬੜੇ ਪਿਆਰ ਨਾਲ ਹੱਥ ਨਾਲ ਪਾਓ ਯਾਰ ਇਹ ਦੇਖੋ ਗੱਲ ਹੋਈ ਨਾ ਅਰੇਬੀਅਨ ਗਾਵਾ ਫੈਂਟਾ ਲਾ ਰਹੇ ਗਾਵੇ ਦਾ ਫੈਂਟਾ ਤੂੰ ਪੈਰ ਨਾ ਰੱਖ ਉਹਦੇ ਤੇ ਯਾਰ ਇਮਰਾਨ ਭਾਈ ਇਹ ਜੀ ਅਰੇਬਿਕ ਗਾਵਾ
ਮੈਂ ਕਿਹਾ ਇਹ ਅਰੇਬਿਕ ਗਾਵ ਹੈ ਫਿਰ ਪੈਰ ਉੱਥੇ ਰੱਖਿਆ ਹੋਇਆ ਤੇ ਪਿੱਛੇ ਕਰ ਦੋ ਤੁਸੀਂ ਪਿੱਛੇ ਕਰ ਦੋ ਤੇਰੀ ਲੱਤ ਨੂੰ ਫਿਰ ਟਿੱਕ ਪੜਾ ਤੇਰੇ ਤੇ ਕਿਸੇ ਦੇ ਨਾਲ ਇਨਸਾਫ ਕਰ ਪਿੱਛੇ ਹੋ ਜਾ ਤੇਰਾ ਆਪਣਾ ਵੀ ਕਿਸੇ ਕੋਲ ਖੁਸ਼ੀਆਂ ਤਾਕੇ ਹਰ ਬੰਦੇ ਨੂੰ ਦੋ ਦੋ ਦਾਵਤਾਂ ਦੇਣੀਆਂ ਪੈਣ ਬਿਲਕੁਲ ਯਾਰ ਮਸਲਾ ਪਤਾ ਕੀ ਹੈ ਉਹਦੇ ਨਾਲ ਜੈਨੂਇਨ ਪ੍ਰੋਬਲਮ ਉਹਨੇ ਪੂਰੇ ਮਹੀਨੇ ਕਜ਼ਨ ਵੀ ਸੰਭਾਲਣੇ ਹੁੰਦੇ ਨੇ ਉਹ ਫਿਰ ਉਹ ਯਾਰਾਂ ਦੋਸਤਾਂ ਨੂੰ ਵੀ ਸੰਭਾਲੇ ਪੜੋਸੀਆਂ ਨੂੰ ਵੀ ਸੰਭਾਲੇ ਜ਼ਿਆਦੀ ਹੋ ਜਾਣੀ ਹੈ ਯਾਰ ਕੈਮਰਾ ਵੀ ਕੀਤਾ ਓਹਨੂੰ ਪਤਾ ਹੈ ਬੰਦਾ ਵੀ ਕਿਹੜਾ ਖਾ ਰਿਹਾ ਉਹਨੂੰ ਪਤਾ ਹੈ ਬੰਦਾ ਜਿਹੜਾ ਨਾ ਅੱਛਾ ਉਹਨਾਂ ਨੇ ਪਹਿਲੇ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਜਿਹਨੇ ਜਿਹੜਾ ਵੀ ਖਾ ਰਿਹਾ ਨਾ ਮੈਨੂੰ ਪਤਾ ਸਾਰਾ ਬਾਅਦ ਫਿਰ ਉਹਨੇ ਇਹ ਦੱਸਿਆ ਕਹਿੰਦੇ ਕਿ ਜਿਹਨੇ ਪਹਿਲੇ ਬੋਟੀਆਂ ਚੁੱਕੀਆਂ ਸੀ ਨਾ ਕੈਮਰੇ ਨੇ ਸਭ ਤੋਂ ਪਹਿਲੇ ਉਹਨੂੰ ਨੋਟ ਕੀਤਾ ਮੈਂ ਪਹਿਲੀ ਬੋਟੀ ਲਾ ਕੇ ਸਾਜਦ ਨੂੰ ਦਿੱਤੀ ਮੈਂ ਬੱਟ ਨੂੰ ਟ੍ਰਾਂਸਫਰ ਕੀਤੀ ਅੱਗੇ ਨਜ਼ਰ ਲੱਗ ਗਈ ਤਾਂ ਕਿੰਨੀ ਕੁ ਲੱਗ ਜਾਏਗੀ ਹੈ ਯਾਰ ਚਲੇ ਜੀ ਆਜ ਕੀ ਦਾਵਤ ਖਤਮ ਹੋਈ ਜੀ ਆਪਣੇ ਸਦਾਮ ਕੋ ਪਹੁੰਚੀ ਸ਼ੁਕਰੀਆ ਕਾਵੀ ਔਰ ਖਜੂਰ ਕੇ ਸਾਥ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਸ਼ੁਕਰੀਆ ਜੀ ਆਪ ਸਭ ਕੀ ਬਹੁਤ ਸ਼ੁਕਰੀਆ ਆਪ ਸਭ ਕੀ ਹਾਜ਼ਰੀ ਕਾ ਤਹਿ ਦਿਲ ਸੇ ਸ਼ੁਕਰੀਆ ਚਲੇ ਸਰ ਇਨਸ਼ਾ ਅੱਲਾ ਥੈਂਕ ਯੂ ਸਰ ਓਕੇ ਜੀ ਅੱਲਾ ਹਾਫਿਜ਼ ਓਕੇ ਸਰ